ਨਮਸਕਾਰ, ਇਨਸਾਫ ਟੀਵੀ 'ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਕਾਂਗਰਸ ਹਾਈਕਮਾਨ ਵੱਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ 'ਤੇ ਗੁਰਦਾਸਪੁਰ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਚੋਣ ਮੈਨੀਫੈਸਟੋ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਵੀ ਕਈ ਵਾਅਦੇ ਕੀਤੇ ਸਨ ਜੋ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਦੇਸ਼ ਦਾ ਕਿਸਾਨ ਅੱਜ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਿਹਾ ਹੈ। ਅਧਿਆਪਕ ਧਰਨੇ ਦੇ ਰਹੇ ਹਨ, ਕਿਸਾਨ ਗੰਨੇ ਦੀ ਬਕਾਇਆ ਰਾਸ਼ੀ ਲਈ ਸੜਕਾਂ 'ਤੇ ਧਰਨੇ ਦੇ ਰਹੇ ਹਨ, ਅਤੇ ਕਾਂਗਰਸ ਸਰਕਾਰ 72,000 ਰੁਪਏ ਦੇਣ ਦਾ ਵਾਅਦਾ ਕਰ ਰਹੀ ਹੈ ਜੋ ਸਿਰਫ ਵੋਟਰ ਲੁਭਾਉਣ ਤੱਕ ਸੀਮਤ ਹੈ। ਆਓ ਭਾਜਪਾ ਨੇਤਾਵਾਂ ਦੇ ਕਾਂਗਰਸ ਵੱਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਉੱਪਰ ਵਿਚਾਰਾਂ ਤੋਂ ਤੁਹਾਨੂੰ ਜਾਣੂ ਕਰਵਾਈਏ। ਸਰ, ਕਾਂਗਰਸ ਸਰਕਾਰ ਵੱਲੋਂ ਅੱਜ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ, ਤੁਸੀਂ ਉਹਨੂੰ ਕਿਸ ਨਜ਼ਰਾਂ ਨਾਲ ਦੇਖਦੇ ਹੋ? ਹਰ ਸਾਲ ਹਰ ਇਲੈਕਸ਼ਨ ਦੇ ਵਿੱਚ ਕਾਂਗਰਸ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ। 5 ਸਾਲ ਬਾਅਦ ਚਾਹੇ ਲੋਕ ਸਭਾ ਚੁਣਾਵ ਹੈ, ਚਾਹੇ ਵਿਧਾਨ ਸਭਾ ਚੁਣਾਵ ਹੈ, ਪਿਛਲੇ ਵਿਧਾਨ ਸਭਾ ਚੁਣਾਵ ਦੇ ਵਿੱਚ ਵੀ ਇਹਨਾਂ ਨੇ ਕੀਤਾ ਸੀ, ਅਤੇ ਸਾਰਾ ਝੂਠ ਹੈ। ਕੋਈ ਇੱਕ ਵਾਅਦਾ ਵੀ ਸਰਦਾਰ ਅਮਰਿੰਦਰ ਸਿੰਘ ਨੇ ਜਿਹੜਾ ਕਾਂਗਰਸ ਨੇ ਕੀਤਾ ਸੀ ਉਹ ਸੱਚਾਈ ਨਹੀਂ, ਝੂਠ ਦਾ ਪਲੰਦਾ ਵਾ। 5 ਇਲੈਕਸ਼ਨ ਪਿੱਛੇ ਲੰਘੇ ਨੇ ਵਿਧਾਨ ਸਭਾ ਦੇ, ਇਹਨਾਂ ਨੇ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਆ। ਜਿਸ ਤਰ੍ਹਾਂ ਅੱਜ ਕਿਹਾ ਵਾ 22 ਲੱਖ ਨੌਕਰੀਆਂ ਰੋਜ਼ਗਾਰ ਦੇਵਾਂਗੇ ਯੁਵਾ ਨੂੰ, ਕਿੱਥੋਂ 22 ਲੱਖ ਨੌਕਰੀਆਂ ਲਿਆਉਣੀਆਂ ਇਹਨਾਂ ਨੇ? 72,000 ਰੁਪਇਆ ਪਰ ਸਾਲ ਦੇਵਾਂਗੇ, ਕਿਸ ਤਰ੍ਹਾਂ 72,000 ਰੁਪਈਆ? ਜਿਹੜੇ ਪਿਛਲੇ ਵਾਅਦੇ ਕੀਤੇ ਹੋਏ ਆ ਲੋਕਾਂ ਨੂੰ ਉਹ ਤਾਂ ਪਹਿਲਾਂ ਪੂਰੇ ਨਹੀਂ ਕਰ ਸਕੇ, ਇਹਨਾਂ 72,000 ਰੁਪਏ ਦਾ ਝੂਠਾ ਵਾਅਦਾ ਕਰਕੇ ਵੀ ਕਿਸੇ ਤਰ੍ਹਾਂ ਕਿਸੇ ਤਰੀਕੇ ਸਿਆਸਤ ਰਾਜ ਕਰਨਾ, ਅਸੀਂ ਸਰਕਾਰ ਚਲਾਉਣੀ ਹੈ ਅਤੇ ਉਹ ਅਸੀਂ ਆ ਜਾਵਾਂਗੇ, ਇਹ ਇਹਨਾਂ ਦਾ ਬੜਾ ਵੱਡਾ ਭੁਲੇਖਾ। ਟੀਚਰਾਂ ਨੂੰ ਹਜੇ ਤੱਕ ਵੇਤਨ ਨਹੀਂ ਮਿਲਿਆ, ਟੀਚਰ ਧਰਨੇ 'ਤੇ ਲੱਗੇ ਹੋਏ ਆ, ਲਗਾਤਾਰ ਟੀਚਰ ਧਰਨੇ ਦਿੰਦੇ ਪਏ ਆ, ਤਨਖਾਹਾਂ ਤਾਂ ਇਹਨਾਂ ਕੋਲ ਅੱਗੇ ਨਹੀਂ ਦਿੱਤੀਆਂ ਜਾਂਦੀਆਂ, ਇਹਨਾਂ 22 ਲੱਖ ਨੌਕਰੀਆਂ ਕਿੱਥੋਂ ਦੇਣੀਆਂ ਨੇ? 72,000 'ਤੇ ਆ ਜਾਓ। ਅੱਜ ਕਿਸਾਨ ਸੜਕਾਂ ਦੇ ਉੱਤੇ ਰੋਲਣ ਡਿਆ, ਗੰਨੇ ਦੀ ਪੇਮੈਂਟ 1-1 ਸਾਲ ਹੋ ਗਿਆ, ਉਹ ਹਜੇ ਤੱਕ ਦੇਣ ਨਹੀਂ ਦੇ, ਇਹਨਾਂ 72,000 ਰੁਪਇਆ ਕਿੱਥੋਂ ਦੇਣਾ? ਕੋਈ ਵੀ ਇੱਕ ਵਾਅਦਾ, ਈਵਨ ਨਸ਼ਾ ਖਤਮ ਕਰਾਂਗੇ, ਤਾਂ ਸਰ ਕਿਹੜਾ ਨਸ਼ਾ ਇਹਨਾਂ ਨੇ ਖਤਮ ਕੀਤਾ? ਇਹਨਾਂ ਕੋਲ ਸਿਰਫ 1-2 ਗੱਲਾਂ ਹੀ ਆ ਵੀ ਕਿਸੇ ਤਰ੍ਹਾਂ ਕਿਸੇ ਤਰੀਕੇ ਮੋਦੀ ਜੀ ਦਾ ਵਿਰੋਧ ਕਰਨਾ, ਦੇਸ਼ ਨੂੰ ਟੁਕੜੇ ਟੁਕੜੇ ਕਰਨਾ। ਅੱਜ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਕਸ਼ਮੀਰੀਆਂ ਦਾ, ਇੱਕ ਹਿੰਦੂਆਂ ਦਾ, ਕਸ਼ਮੀਰੀ ਹਿੰਦੂਆਂ ਦਾ 1% ਜ਼ਿਕਰ ਨਹੀਂ। ਸਭ ਕੁਛ ਇਹ ਚਾਹੁੰਦੇ ਆ ਵੀ ਅਸੀਂ ਜੋ ਇਹਨਾਂ ਨੇ ਪਿਛਲੀਆਂ ਟਾਈਮ 'ਚ ਕੀਤਾ ਮੁਸਲਮਾਨਾਂ ਨੂੰ ਖੁਸ਼ ਕਰਨਾ, ਬਸ ਉਹ ਹੀ ਇੱਕ ਮੁਸਲਮਾਨਾਂ ਨੂੰ ਇਹਨਾਂ ਨੇ ਖੁਸ਼ ਕਰਨ 'ਤੇ ਲੱਗੇ ਹੋਏ ਆ। ਹਿੰਦੂ ਸਮਾਜ, ਸਿੱਖ ਸਮਾਜ, ਅੱਜ ਅਸੀਂ 84 ਦੇ ਦੰਗੇ ਭੁੱਲੇ ਨਹੀਂ ਗਏ ਜੋ ਇਹਨਾਂ ਨੇ ਕੀਤਾ 84 ਦੇ ਵਿੱਚ, ਜੋ ਇਹਨਾਂ ਨੇ ਕੀਤਾ ਉਹ ਲੋਕ ਅਜੇ ਭੁੱਲੇ ਨਹੀਂ ਗਏ। ਤੁਸੀਂ ਵੇਖੋ ਵੀ ਮੋਦੀ ਜੀ ਨੇ ਆ ਕੇ ਇਹ ਸਾਰਾ ਕੰਮ ਨੂੰ, ਉਹਨਾਂ ਨੂੰ ਸਜ਼ਾਵਾਂ 35 ਸਾਲ ਬਾਅਦ ਉਹਨਾਂ ਨੂੰ ਸਜ਼ਾਵਾਂ ਦਿਵਾਈਆਂ ਨੇ, ਇਹਨਾਂ ਨੇ ਕਿਉਂ ਨਹੀਂ ਦਿਵਾਈਆਂ? ਇਹਨਾਂ ਨੇ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਮੈਨੀਫੈਸਟੋ ਜਿਹੜਾ ਇਹਨਾਂ ਦਾ ਸਿਰਫ ਸੱਤਾ 'ਤੇ ਆਉਣ ਵਾਸਤੇ ਆ, ਝੂਠਾ ਗੱਠਜੋੜ, ਇਹ ਜਿਹੜਾ ਗੱਠਜੋੜ ਵੀ ਕੀਤਾ ਆ ਇਹ ਵੇਖਣਾ, ਜਿਸ ਦਿਨ ਇਹ ਸਿਆਸਤ ਬੜਾ ਆਉਣਾ ਤਾਂ ਬੜੀ ਦੂਰ ਦੀ ਗੱਲ ਆ, ਇਹ ਜਿਸ ਦਿਨ ਇਲੈਕਸ਼ਨ ਖਤਮ ਹੋ ਗਿਆ ਉਸੇ ਦਿਨ ਗੱਠਜੋੜ ਵੀ ਜੋ। ਮੇਰੀ ਮਿਸ਼ਨ ਮੋਦੀ PM ਅਗੇਨ ਜ਼ਿਲ੍ਹਾ ਪ੍ਰਧਾਨ ਵੱਲੋਂ ਵਜੋਂ ਡਿਊਟੀ ਲੱਗੀ ਆ, ਉਹਦੇ ਵਿੱਚ ਮੈਂ ਸਿਰਫ ਹਜੇ 1 ਮਹੀਨਾ ਹੋਇਆ ਵਾ ਨਿਯੁਕਤੀ ਹੋਈ ਨੂੰ, ਅਤੇ ਮੈਂ ਪਿੰਡ ਪਿੰਡ ਘੁੰਮਿਆ, ਸ਼ਹਿਰਾਂ 'ਚ ਵੀ ਘੁੰਮਿਆ, ਮੰਡਲ ਪ੍ਰਧਾਨ ਨਿਯੁਕਤ ਕੀਤੇ ਨੇ, ਔਰ ਮੈਂ ਪਿੰਡਾਂ 'ਚ ਵੇਖਿਆ ਵਾ ਇਹ ਜਿਹੜਾ ਚੋਣ ਮੈਨੀਫੈਸਟੋ ਦਾ। ਕੱਲ੍ਹ ਅਸੀਂ ਭੈਣੀ ਮੀਆਂ ਖਾਂ ਗਏ ਸੀ, ਉੱਥੇ ਫੌਜੀ ਵੀ ਸਾਬਕਾ ਬੈਠੇ ਦੇ ਸੀ,
ਬਜ਼ੁਰਗ ਵੀ ਬੈਠੇ ਦੇ ਸੀ, ਨੌਜਵਾਨ ਵੀ ਬੈਠੇ ਦੇ ਸੀ, ਔਰ ਅਕਾਲੀ ਦਲ ਦੇ ਵੀ ਕੋਈ ਸਰਕਲ ਪ੍ਰਧਾਨ ਕਹਿ ਰਿਹਾ ਸੀ, ਕੋਈ ਜ਼ੋਨ ਪ੍ਰਧਾਨ ਕਹਿ ਰਿਹਾ ਸੀ, ਉਹ ਵੀ ਬੈਠੇ ਸੀ। ਸਾਰਿਆਂ ਨੇ ਬੜਾ ਵੱਡਾ ਹੰਗਾਰਾ ਦਿੱਤਾ ਸਾਨੂੰ। ਔਰ ਮੈਨੂਫੈਸਟੋ ਬਾਰੇ ਜਦੋਂ ਅਸੀਂ ਗੱਲ ਕਰਦੇ ਸੀ ਅਤੇ ਇਹਨਾਂ 35 ਸਾਲ 'ਚ ਸਾਡੀ ਫੌਜ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਫੌਜ ਲਈ ਕੋਈ ਜਹਾਜ਼ ਨਹੀਂ, ਫਾਈਟਰ ਪਲੇਨ ਨਹੀਂ ਖਰੀਦਿਆ, ਕੋਈ ਤੋਪਾਂ ਨਹੀਂ ਖਰੀਦੀਆਂ, ਕੋਈ ਬੁਲਟ ਪਰੂਫ ਜੈਕਟਾਂ ਨਹੀਂ ਖਰੀਦੀਆਂ, ਕੋਈ ਬੰਦੂਕਾਂ ਨਹੀਂ ਖਰੀਦੀਆਂ, ਕੋਈ ਹੋਰ ਗੋਲਾ ਬਰੂਦ ਨਹੀਂ ਖਰੀਦਿਆ। ਹੁਣ ਰਹੀ ਇਹਨਾਂ ਦੇ ਮੈਨੂਫੈਸਟੋ ਦੀ ਗੱਲ, ਮੈਨੂਫੈਸਟੋ 'ਚ ਇਹਨਾਂ ਨੇ ਵੀ ਮੈਂ ਮਹੀਨੇ ਦੇ ਵਿੱਚ ਵਿੱਚ ਨਸ਼ਾ ਮੁਕਤ ਕਰ ਦਾਂਗਾ, ਪਰ 2 ਸਾਲ 'ਚ ਨਸ਼ਿਆਂ ਨਾਲ ਹੀ ਬਹੁਤ ਨੌਜਵਾਨ ਮਰੇ ਨੇ। ਅਤੇ ਉਹਦੇ ਇਲਾਵਾ ਇਹਨਾਂ ਨੇ ਜਿਹੜਾ ਕਿਸਾਨਾਂ ਦੇ ਵਾਅਦੇ ਕੀਤੇ ਸੀ ਵੀ ਅਸੀਂ ਉਹਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ, ਅਸੀਂ ਪਿੰਡ ਪਿੰਡ ਘੁੰਮ ਕੇ ਵੇਖਿਆ ਵਾ ਕਿਸੇ ਦਾ ਕੋਈ ਕਰਜ਼ਾ ਮਾਫ਼ ਨਹੀਂ ਹੁੰਦਾ, ਕਿਸੇ ਦਾ 15 ਰੁਪਏ, ਕਿਸੇ ਦਾ 20 ਰੁਪਏ, ਕਿਸੇ ਦਾ 30 ਰੁਪਏ, ਜਾਂ ਮੋਟੇ ਮੋਟੇ ਨੇ ਭੱਠਲ ਦਾ 80 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰਤਾ ਵਾ। ਘਰ ਘਰ ਨੌਕਰੀਆਂ ਦੀ ਗੱਲ ਕੀਤੀ ਸੀ, ਕਿਸੇ ਨੂੰ 2 ਸਾਲ 'ਚ ਕੋਈ ਨੌਕਰੀ ਨਹੀਂ ਦਿੱਤੀ, ਉਹ ਬੇਅੰਤ ਸਿੰਘ ਦੇ ਪੋਤੇ ਨੂੰ DSP ਜ਼ਰੂਰ ਲਾਤਾ ਵਾ। ਰਹੀ ਗੱਲ ਅੱਜ ਕਿਸਾਨ ਦਾ, ਮੈਂ ਵੇਖ ਕੇ ਆਇਆ ਪਿੰਡਾਂ ਵਿੱਚ ਏਕੜਾਂ ਦੇ ਹਿਸਾਬ ਨਾਲ 10-10 ਏਕੜ, 15-15 ਏਕੜ ਗੰਨਾ ਖੜਾ ਵਾ, ਔਰ ਉਹ ਕਿਸਾਨ ਰੋਂਦੇ ਪਏ ਆ ਵੀ ਸਾਡਾ ਤਾਂ ਬੋਂਡ ਵੀ ਨਹੀਂ ਕੀਤਾ, ਅਜੇ ਸੀਜ਼ਨ ਖਤਮ ਹੋਣ ਵਾਲਾ ਵਾ, ਔਰ ਜਿਹੜੇ ਉਹਨਾਂ ਦੇ 2-3 ਸਾਲ ਦੀਆਂ ਜਿਹੜੀਆਂ ਪੇਮੈਂਟਾਂ ਬਾਕੀ ਨੇ, ਔਰ ਉਹ ਰੋਜ਼ DC ਦੇ ਪਏ ਨੇ ਧਰਨੇ ਮਾਰਦੇ ਪਏ ਨੇ। ਮੈਂ ਫੌਜੀਆਂ ਨੂੰ ਮਿਲਿਆ ਵਾਂ, ਫੌਜੀ ਕਹਿੰਦੇ ਜੀ ਜਦੋਂ ਅਸੀਂ ਰਿਟਾਇਰ ਹੋਏ ਸੀ ਤਾਂ ਸਾਡੀ 1700 ਰੁਪਏ ਪੈਨਸ਼ਨ ਸੀ। ਅੱਜ ਇੱਕ ਸੂਬੇ ਦਾ ਰਿਟਾਇਰ ਹੋਇਆ ਮੈਨੂੰ ਮਿਲਿਆ, ਰਾਮ ਕਵਰ ਭਾਸਕਰ, ਉਹ ਕਹਿੰਦਾ ਮੇਰੀ 1700 ਪੈਨਸ਼ਨ ਸੀ, 1987 'ਚ ਰਿਟਾਇਰ ਹੋਇਆ, ਅੱਜ ਮੇਰੀ 85 ਸਾਲ ਦੀ ਉਮਰ ਹੈ ਅਤੇ ਮੇਰੀ 46,000 ਪੈਨਸ਼ਨ ਹੈ। ਫੌਜੀ ਬਹੁਤ ਵਨ ਰੈਂਕ 1 ਪੈਨਸ਼ਨ ਦੇ ਕੇ ਬਹੁਤ ਕੁਛ ਕੀਤਾ। ਬਾਕੀ ਇਹਨਾਂ ਨੇ ਕਾਂਗਰਸ ਨੇ ਭਾਵੇਂ ਆਪਣੇ ਮੈਨੀਫੈਸਟੋ ਜਾਰੀ ਕਰ ਦਿੱਤੇ ਨੇ, ਪਰ ਕਾਂਗਰਸ ਜਿਹੜੀ ਹੈ ਆਪਣੇ ਕਿਸੇ ਵੀ ਵਾਅਦੇ ਦੇ ਉੱਤੇ ਪੂਰਾ ਨਹੀਂ ਉਤਰੀ। ਅਸੀਂ ਮਿਸ਼ਨ ਮੋਦੀ ਜਿਹੜੇ ਨੇ ਉਹਨਾਂ ਦੇ ਜਿੰਨੇ ਵੀ ਕੰਮ ਉਹਨਾਂ ਨੇ ਕੀਤੀਆਂ ਨੇ, ਜਿੰਨੀਆਂ ਵੀ ਉਹਨਾਂ ਨੇ ਔਰਤਾਂ ਵਾਸਤੇ ਜਾਂ ਗਰੀਬ ਲੋਕਾਂ ਵਾਸਤੇ ਜਾਂ ਕਿਸਾਨਾਂ ਵਾਸਤੇ ਉਪਲਬਧੀਆਂ ਕੀਤੀਆਂ ਨੇ, ਉਹਨਾਂ ਨੂੰ ਅਸੀਂ ਘਰ ਘਰ ਪਹੁੰਚਾਵਾਂਗੇ। ਸਾਡਾ ਮਿਸ਼ਨ ਮੋਦੀ ਵਿੱਚ, ਮੈਂ ਵੀਰਾਂ ਵਾਲੀ ਸਟੇਟ ਦੀ ਸੈਕਟਰੀ ਹਾਂ ਅਤੇ ਮਿਸ਼ਨ ਮੋਦੀ ਦੇ ਵਿੱਚ ਕੰਮ ਕਰ ਰਹੀ ਹਾਂ, ਔਰ ਬਹੁਤ ਹੀ ਜਲਦੀ ਸਾਡਾ ਕੈਂਡੀਡੇਟ ਜਿਹੜਾ ਉਹ ਅਨਾਊਂਸ ਕੀਤਾ ਜਾਏਗਾ। ਸਾਡਾ ਕੈਂਡੀਡੇਟ ਇਸ ਵਕਤ ਮੋਦੀ ਹੈ। ਸਾਡਾ ਮਿਸ਼ਨ ਹੈ ਕਿ ਮੋਦੀ ਮਿਸ਼ਨ ਅਗੇਨ ਦੇ ਵਿੱਚ ਜਿੰਨੀ ਦੇਰ ਤੱਕ ਸਾਡੇ ਮੋਦੀ ਜੀ ਪਰਮਾਤਮਾ ਦੀ ਦਇਆ ਨਾਲ ਉਹਨਾਂ ਦੀ ਲੰਬੀ ਉਮਰ ਹੋਵੇ। ਕਾਂਗਰਸ ਜਿਹੜੀ ਹੈ, ਕਾਂਗਰਸ ਦੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਪਰਿਭਾਸ਼ਾ ਦੱਸਾਂਗੀ ਵੀ ਕਾਂਗਰਸ ਪਤਾ ਕੀ ਬਣੀ ਹੋਈ ਹੈ। ਕਾ ਤੋਂ ਕਾਮੇ, ਗਾ ਤੋਂ ਗਰੀਬ, ਰਾਹ ਤੋਂ ਰਗੜ ਦਿਓ, ਸਾ ਤੋਂ ਸਾਰੇ। ਕਾਮੇ, ਗਰੀਬ, ਰਗੜ ਦਿਓ, ਸਾਰੇ। ਅਤੇ ਜਦੋਂ ਵੀ ਇਲੈਕਸ਼ਨ ਆਉਂਦੇ ਨੇ, ਇਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ, ਮੰਤਰੀ ਬਣ ਕੇ, ਇਹਨਾਂ ਨੂੰ ਪ੍ਰਲੋਭਨ ਦੇ ਕੇ, ਇਹਨਾਂ ਦੀਆਂ ਵੋਟਾਂ ਨੂੰ ਲੈ ਕੇ, ਉਸ ਤੋਂ ਬਾਅਦ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਕਰਦਾ, ਕੋਈ ਵੀ ਇਹਨਾਂ ਦਾ ਕੰਮ ਨਹੀਂ ਕਰਦਾ। ਸੋ ਪਬਲਿਕ ਜਿਹੜੀ ਹੈ ਕਾਂਗਰਸ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੀ ਹੈ। ਸਾਡੇ ਨਰਿੰਦਰ ਭਾਈ ਮੋਦੀ ਜੀ ਨੇ ਬਹੁਤ ਸਾਰੇ ਜਿਹੜੇ ਨੇ ਕੰਮ ਕੀਤੇ ਨੇ, ਔਰ ਜਿਹੜੇ ਕੰਮ ਉਹਨਾਂ ਨੇ ਕੀਤੇ ਨੇ ਉਹ ਉਹਨਾਂ ਨੇ ਲਾਗੂ ਵੀ ਕੀਤੇ ਨੇ, ਔਰ ਜਿਹੜੇ ਕੰਮ ਉਹਨਾਂ ਨੇ ਉਹਨਾਂ ਦੇ ਕੰਮ ਅਧੂਰੇ ਨੇ, ਉਹਨਾਂ ਨੂੰ ਅਸੀਂ ਨੈਕਸਟ PM ਬਣਾ ਕੇ ਉਹ ਕੰਮ ਜਿਹੜੇ ਉਹ ਪੂਰੇ ਕਰਾਂਗੇ। ਸੋ ਮੈਂ ਵਿਜੇ ਵਰਮਾ, ਸਟੇਟ ਵਾਈਸ ਪ੍ਰੈਜੀਡੈਂਟ ਮਿਸ਼ਨ ਮੋਦੀ ਪੰਜਾਬ। ਕਾਂਗਰਸ ਦਾ ਘੋਸ਼ਣਾ ਪੱਤਰ ਸੁਣ ਕੇ ਮੈਂ ਬਹੁਤ ਅਚੰਭਿਤ ਔਰ ਹੈਰਾਨ ਹੋਇਆ ਕਿ ਐਡੀ ਪੁਰਾਣੀ ਪਾਰਟੀ, 70 ਸਾਲ ਜਿਹਨੇ ਇਸ ਦੇਸ਼ ਦੇ ਉੱਤੇ ਰਾਜ ਕੀਤਾ ਹੈ, ਔਰ ਐਡੇ ਵੱਡੇ ਰਾਸ਼ਟਰ ਦੇ ਦਰੋਹ ਦੇ ਉੱਤੇ ਉੱਤਰ ਕੇ ਆ ਗਈ, ਨਿੰਦਾ ਕਰਦੇ ਹਾਂ।
ਕਾਂਗਰਸ ਦੇ ਕੋਲ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਬੁਰੀ ਹਾਲਤ ਹੈ। ਕਿਸਾਨਾਂ ਦਾ 15 ਮਹੀਨਿਆਂ ਦਾ ਗੰਨੇ ਦਾ ਪੈਸਾ ਅੱਜ ਤੱਕ ਸਰਕਾਰ ਕੋਲ ਨਹੀਂ ਦਿੱਤਾ ਗਿਆ। ਕਰਾਹੀ ਕਰਾਹੀ ਕਰ ਗਏ ਨੇ ਕਿਸਾਨ ਵਿਚਾਰੇ, ਰੋਜ਼ ਧਰਨੇ ਮਾਰ ਰਹੇ ਨੇ, ਕਦੀ ਕਿਸੇ ਮੰਤਰੀ ਦੇ ਅੱਗੇ, ਕਿਸੇ MLA ਦੇ ਅੱਗੇ। ਮੇਰੇ ਜ਼ਿਲ੍ਹਾ ਗੁਰਦਾਸਪੁਰ 'ਚ ਇਹਨਾਂ ਦੇ ਇੰਨੇ ਮੰਤਰੀ ਬੈਠੇ ਨੇ, ਕਿਸੇ ਬੰਦੇ ਨੇ ਉਹਦੀ ਸੁਣਵਾਈ ਤੱਕ ਨਹੀਂ ਕੀਤੀ। ਝੂਠੇ ਆਸ਼ਵਾਸਨ ਅਤੇ ਝੂਠੀਆਂ ਦਲੀਲਾਂ ਦੇ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਤੋੜ ਦਿੰਦੇ ਨੇ। ਲੋਕ ਕਰਜ਼ੇ ਦੇ ਥੱਲੇ ਦੱਬੇ ਪਏ ਨੇ, ਚੀਕਾਂ ਮਾਰਦੇ ਪਏ ਨੇ। ਜਿੰਨੇ ਬੱਚੇ ਇਹਨਾਂ ਨੇ, ਜਿਨ੍ਹਾਂ ਦੀ 40-40 ਹਜ਼ਾਰ ਤਨਖਾਹ ਸੀ, 10-10 ਹਜ਼ਾਰ, 12-12 ਹਜ਼ਾਰ ਟੀਚਰਾਂ ਦੀ ਕਰ ਦਿੱਤੀ, ਉਹ ਵਿਚਾਰੇ ਰੋਜ਼ ਪ੍ਰੋਟੈਸਟ ਕਰਦੇ ਪਏ ਨੇ, ਉਹਨਾਂ ਦੇ ਉੱਤੇ ਲਾਠੀ ਚਾਰਜ ਹੋਣ ਰਹੇ ਨੇ। ਮੈਨੂੰ ਨਹੀਂ ਸਮਝ ਆਉਂਦੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਇਹ ਲਓ ਜੀ ਮੈਂ ਲੈਪਟਾਪ ਦੇ ਰਿਹਾ ਜੀ, ਇਹ ਮੈਂ ਮੋਬਾਈਲ ਦੇ ਰਿਹਾ ਜੀ, ਘਰ ਘਰ ਮੈਂ ਇੱਕ ਨੌਕਰੀ ਦੇ ਰਿਹਾ ਜੀ, ਗੁਟਕਾ ਸਾਹਿਬ ਫੜ ਕੇ ਸੌਂਖਾ ਦੇ ਕੇ 10 ਦਿਨਾਂ 'ਚ ਨਸ਼ਾ ਖਤਮ ਹੋ ਜਾਏਗਾ ਜੀ। ਦੱਸੋ ਮੈਨੂੰ ਪੰਜਾਬ ਦੇ ਵਿੱਚ ਕੋਈ ਕਿਸੇ ਚੀਜ਼ ਦੇ ਉੱਤੇ ਇਹ ਪਾਰਟੀ ਜਿਹੜੀ ਹੈ ਸਟੈਂਡ ਕੀਤਾ ਇਹਨਾਂ ਨੇ।